अस्सलाम वालेकुम दोस्तों, उम्मीद करता हूँ सब भाई खैर खैरियत से होंगे। तो दोस्तों, जो भाई पूछ रहे थे उस्ताद साहब की खुराक बनाने का प्रैक्टिकल हमारे साथ शेयर करें उस्ताद राणा साहब साहब का, तो ये माशाल्लाह से उस्ताद राणा साहब साहब बैठे हुए हैं और ये इनके दूसरे जो साथ में मतलब दोनों मिलकर उस्ताद साहब शो कर रहे हैं, तो ये इनका जी। और आज दोस्तों वो सारी चीज़ें जो है ना वो हमारे साथ शेयर करेंगे, खुराक बनाते किस तरह से हैं और क्या क्या जो है ना इनमें चीज़ें जो है ना वो ऐड करते हैं। तो बाकी ये है जी, पहले नंबर पे बादाम डाले जा चुके हैं, ठीक है। तो अच्छा साहब जी, एदे विच हुण तुसां पहले नंबर ते सटिए काली मिर्च। हाँ जी, मोटी लाची। मोटी लाची भी सुट दी है, सही है। मोटी लाची मतलब बीयां दे हिसाब नाल सटिए, एक पाई है। एक पाई है पूरी, सही है। ए किन्ने बादाम होने ने आ वाले बादाम? और मैं तोड़ के तो नहीं पाया, 10 कबूतरां दे ने। ਇਹ 200 ਹੋਣੀ ਹੈ ਤਕਰੀਬਨ ਗਿਰੀ, ਇੰਝ ਹੀ ਕਰ ਲਏ। ਹਾਂ ਉਸਤਾਦ ਜੀ। ਹਾਂ ਜੀ, ਹਾਂ ਜੀ। ਇਹ ਥੋੜ੍ਹੀ ਜਿਹੀ ਜ਼ਰਾ ਨਾ ਇੱਥੇ ਠੀਕ ਹੋ ਗਿਆ। ਅੱਛਾ ਉਸਤਾਦ ਜੀ, ਹੁਣ ਮਤਲਬ ਇਹਦਾ ਜਿਹੜਾ ਅਸੂਲ ਜਿਹੜਾ ਉਹ ਖੁਰਾਕ ਬਣਾਉਣ ਦਾ, ਉਹ ਸਾਡੇ ਨਾਲ ਜ਼ਰਾ ਨਾ ਜ਼ਰਾ ਆਪਣੀ ਜ਼ਬਾਨ ਦੇ ਨਾਲ ਸ਼ੇਅਰ ਕਰੋ ਸਾਰਾ। डंडा ही गिला करना, दोहरी गिली तरी ना करनी, गिली होई हुंदी आ बादाम रोगन दे नाल। सही है, डंडा गिला कर लो, सही हो गया। डंडा भी बड़ा फैंसी जा रखा है, कोके शोके लगे ने डंडे। बाबियां दा मिलया गिफ्ट, बाबियां दा मिलया गिफ्ट के बूटी कोटा नाल इधर ही। बादाम रोगन काला हो गया बादाम रोगन दे नाल, सही है। उंज नहीं ते दूसरा सी, ओने नहीं दूसरा, पहले तो रंग चिट्टा ही सी। हां जी, दौरी चल चल के काला हो गया, सही है, सही हो गया। अच्छा उस्ताद जी, इहदे अंदर हुण तुसां बस दो चीजां ऐड कीतियां ने, इहनां तों अलावा कोई चीज नहीं डाली जी? कोई शै मनके जेडे डाल दे सो, मनका चेतर चलदा है चेतर च उंज ऐ सो अगर जेड़ा हुण जिवें दा गर्मी दा जेड़ दा मौसम है, इहदे विच तुसीं बस ऐ चीज़ां ऐड कीते, वड्डी इलाची ते नाल काली मिर्च। हां जी, ते काली मिर्च दे तीन दाने तुसां पाए ने, तीन काफी ने, नौवां कबूतरां वास्ते, 10 कबूतरां वास्ते, 11 वास्ते, तीन दाने, ਠੀਕ ਹੋ ਗਿਆ। ਸਤਾਜੀ, ਹੁਣ ਤੱਕ ਕਿੰਨੇ ਕੁ ਬਦਾਮ ਤੁਸੀਂ ਇਹਨਾਂ ਨੂੰ ਖਵਾ ਚੁੱਕੇ ਹੋ ਜੀ? ਕੋਈ ਪਤਾ ਨਹੀਂ ਜੀ, ਉਹ ਦੋ ਥੈਲੇ ਲਿਆਂਦੇ ਆ ਸਾਨੂੰ, ਤਾਂ ਵੇਖ ਲਓ ਹੋ ਰਿਹਾ ਹੈਗਾ ਜੀ, ਦੋ ਤੋੜੇ। ਹਾਂ ਜੀ, ਇਹ ਪੈ ਨੇ ਜਿਹੜੇ, ਬੜੀ ਗੱਲ। ਤੇ ਸਤਾਜੀ, ਇਹ ਕਿੰਨੇ ਚਿਰ ਤੋਂ ਕਬੂਤਰ ਨੂੰ ਖੁਰਾਕ ਦੇਣਾ ਸ਼ੁਰੂ ਕਰ ਦੇਣੀ ਚਾਹੀਦੀ ਹੈ? ਜਦੋਂ ਡਾਰਾਂ ਦੇਣੀਆਂ ਸ਼ੁਰੂ ਕਰ ਦੇਣੀਆਂ ਨੇ। ਕਬੂਤਰ ਨੂੰ ਡਾਣਾ ਸ਼ੁਰੂ ਕੀਤਾ, ਕਬੂਤਰ ਹਲੇ ਕੱਚਾ, ਠੀਕ ਹੈ। ਪਹਿਲਾ ਪਹਿਲਾ ਦਿਨ ਮੈਂ ਕਬੂਤਰ ਨੂੰ ਡਾਂਦੇ ਆ, ਕਿੰਨੇ ਦਿਨ ਦਾ ਕਬੂਤਰ ਡਾਂਦੇ ਰਹੀਏ ਤੇ ਅੱਗੋਂ ਫਿਰ ਸ਼ੁਰੂ ਹੋਣੀ ਚਾਹੀਦੀ? 5-4 ਡਾਰਾਂ ਕਬੂਤਰ ਨੂੰ ਦੇ ਦੋ, ਜਦੋਂ ਕਬੂਤਰ ਜ਼ੋਰ ਲਾ ਕੇ ਆਉਣ ਲੱਗ ਪਵੇ, 5-5-6-6 ਘੰਟੇ ਲਾਉਣ ਲੱਗ ਪਵੇ ਤੇ ਖੁਰਾਕ ਸ਼ੁਰੂ ਕਰ ਦੇ। ਕਈ ਸਾਲ ਵੀ ਨਹੀਂ ਮੰਨਦੇ, ਉਹ ਸਾਰਾ ਸਾਰੀਆਂ ਦੇ ਨਾਲ ਨਹੀਂ ਖਾਣੀ। ਅੱਛਾ ਅੱਛਾ, ਜੇ ਉਹਨੂੰ ਨਾ ਕਰਵਾਉਂਦੇ ਤਾਂ ਕਬੂਤਰ ਕਮਜ਼ੋਰ ਹੋ ਜਾਏਗਾ। ਕਬੂਤਰ ਕਮਜ਼ੋਰ ਹੋ ਜਾਏਗਾ, ਨਹੀਂ ਉਹਦਾ ਇਹ ਨਾ ਕੱਚੇ ਕਬੂਤਰ ਨੂੰ ਨਹੀਂ, ਉਹ 5-6 ਡਾਰਿਆਂ ਜਦੋਂ 5-5-7-7 ਘੰਟੇ ਲਾਉਂਦਾ ਤੇ ਉਦੋਂ ਫਿਰ ਉਹ ਖੁਰਾਕ ਸ਼ੁਰੂ ਕਰ ਦਿੰਦੇ ਕਬੂਤਰਾਂ ਨੂੰ। ਹੁਣ ਤੱਕ ਤੁਸੀਂ ਜੋ ਕਬੂਤਰ ਉਡਾਉਂਦੇ ਆਏ ਹੋ, ਇਹਦੇ ਸਾਰੇ ਕੱਪ ਖੇਡਦੇ ਆ, ਵਿਸਾਖ ਦਾ ਵੀ ਤੇ ਜੇਠ ਦਾ ਵੀ ਵਿੱਚ ਹੀ ਸਾਰੇ, ਵਿਸਾਖ ਵੀ, ਜੇਠ ਵੀ, ਅੱਸੂ ਵੀ, ਚੇਤਰ ਵੀ। ਇਹ ਹੁਣ ਕਬੂਤਰ ਉਡਾਉਂਦਾ ਉਹ ਤਕਰੀਬਨ ਕਿੰਨੀ ਦੇਰ ਹੋ ਗਈ ਜੇ ਕਬੂਤਰ ਨਿਕਾਲਦੇ ਨੂੰ ਵਿਸਾਖ ਵਾਸਤੇ ਜੀ? ਚੇਤਰ ਤੇ ਡਾਉਂਦਾ ਕਬੂਤਰ, ਕਬੂਤਰਾਂ ਨੂੰ ਕੋਈ ਨਾਗਾ ਨੀ ਮਤਲਬ ਡੱਕ ਨੀ ਆਈ ਹੈ, ਡੱਕ ਤੇ ਦਈਦੀ ਹੈ ਉਸ ਚੀਜ਼ ਦੀ, ਮਤਲਬ ਕਿ ਜਿਵੇਂ 10-10 ਦਿਨ ਤੱਕ ਰੂਟੀਨ ਦੇ ਨਾਲ ਡਾਈ ਹੈ ਤੇ ਮੌਸਮ ਦੀ ਖਰਾਬੀ ਹੋ ਜਾਏ ਫਿਰ ਤੇ 2-2 ਡੱਕਾਂ ਦੇ ਅੰਦਰ ਡੱਕਾਂ ਵੀ ਆ ਜਾਂਦੀਆਂ ਨੇ। ਸਹੀ ਹੈ। ਅੱਛਾ ਉਸਤਾਦ ਜੀ, ਇੱਕ ਗੱਲ ਜਿਹੜੀ ਕਰੀ ਦੀ ਹੁੰਦੀ ਅਕਸਰ, 11 ਦਿਨ ਦੀ ਬਾਜ਼ੀ ਹੈ ਨਾ, ਉਹਦੇ ਵਿੱਚ ਆ ਕੇ ਆਖੀ ਤਾਂ ਲੋ ਜੀ 6ਵੇਂ ਦਿਨ ਦੀ ਮਤਲਬ ਉਡਾਣ ਹੈ ਕਬੂਤਰਾਂ ਦੀ, 7ਵੇਂ ਦਿਨ ਦੀ ਉਡਾਣ ਹੈ, ਇਸ ਤੋਂ ਪਿੱਛੇ ਜਿਹੜੀਆਂ ਉਡਾਰਾਂ ਨੇ ਉਹ ਕਿਉਂ ਨਹੀਂ ਗਿਣੀਆਂ ਜਾਂਦੀਆਂ? ਇਹ ਤੇ ਮੋਹਰਾਂ ਦੀਆਂ ਡਾਰਾਂ ਹੁੰਦੀਆਂ ਆ ਬਾਜੀ, ਉਹ ਠੀਕ ਹੈ ਤੁਹਾਡੀ ਗੱਲ, ਵੇਖੋ ਨਾ ਤੇ ਹੀ ਹੁੰਦੀਆਂ ਨੇ ਸਾਹਮਣੇ, ਜੇ ਆ ਮਹੀਨੇ ਦੀਆਂ ਡਾਰਾਂ ਤੇ ਨਹੀਂ ਨਾ ਗਿਣੀਆਂ ਜਾਣੀਆਂ। ਨਹੀਂ ਅਸੀਂ ਬੋਲਦੇ ਆ ਕਿ ਯਾਰ ਇਹ 6ਵੇਂ ਦਿਨ ਬਾਜੀ ਛੋੜਦੇ ਆ, 7ਵਾਂ ਦਿਨ ਤੇ ਕਬੂਤਰ ਜਿਹੜਾ ਨਾ ਉਹ ਕਮਜ਼ੋਰੇ ਹੋ ਗਏ ਨੇ ਹੁਣ ਕਬੂਤਰ, ਅਕਸਰ ਜਿਹੜਾ ਨਾ ਉਹ ਇਹ ਆਇਆ ਕਿ ਬੋਲਦੇ ਨੇ ਕਈ
ਬੰਦੇ ਕੇ ਯਾਰ ਕਬੂਤਰ ਕਮਜ਼ੋਰ ਹੋਵੇ ਜਦੋਂ ਡੱਕ ਦੀ ਬਾਜੀ ਹੋਵੇ ਤੇ ਫਿਰ ਕਬੂਤਰ ਡੱਕ ਦੇ ਉੱਡ ਜਾਂਦੇ ਨੇ ਉੱਥੇ ਕਬੂਤਰ ਕਮਜ਼ੋਰ ਹੈ ਦੋ ਡੱਕਾਂ ਵੀ ਉਹਨਾਂ ਨੂੰ ਕਰ ਲੈਂਦੀਆਂ ਨੇ ਉਸ ਤਰੀਕੇ ਨਾਲ ਜਿਹੜਾ ਉਹ ਫਿਰ ਜਰਾ ਡੱਕਾਂ ਦੋ ਲਾ ਦਿੰਦੇ ਜਰਾ ਕਬੂਤਰ ਨੂੰ ਰੈਡੀ ਕਰਕੇ ਫਿਰ ਅਗਾਂਹ ਉਡਾਲੇ ਇਹਦੇ ਤੇ ਮੁਸਲਸਲ ਚੱਲ ਚੁੱਕਾ ਡਾਣਾ ਹੀ ਪੈਣਾ ਉਹ ਘੱਟ ਹੋ ਗਿਆ ਵੱਧ ਹੋ ਗਿਆ ਡਾਣਾ ਹੀ ਪੈਣਾ ਤੇ ਬਾਜੀ ਦੀ ਗਿਣੀਆਂ ਜਾਣਦੀਆਂ ਨੇ ਬਿਲਕੁਲ ਪੰਜਾਂ ਦਿਨਾਂ ਦੀ ਹੋਵੇ ਸੱਤਾਂ ਦਿਨਾਂ ਦੀ ਹੋਵੇ ਯਾਰ ਹੀ ਹੋਵੇ ਉਹ ਤੇ ਬਾਜੀ ਦੀਆਂ ਗਿਣ ਅੱਜ ਮਾਸ਼ਾਅੱਲਾ ਤੁਹਾਡੇ ਕਬੂਤਰ ਨੂੰ ਛੇਵੀਂ ਉਡਾਨ ਹੈ ਹਾਂਜੀ ਠੀਕ ਹੋ ਗਿਆ ਬਾਕੀ ਹੈ ਜੀ ਬਣਾਉਣ ਲੈਣੇ ਉਸਤਾਦ ਸਾਹਿਬ ਖੁਰਾਕ ਅਤੇ ਇਹ ਡੰਡਾ ਪੈ ਰਿਹਾ ਨੇ ਇਹ ਦੇਖੋ ਜ਼ਰਾ ਖੁਰਾਕ ਦਾ ਤੇਲ ਜਿਹੜਾ ਨਾ ਉਹ ਨਹੀਂ ਨਿਕਲਣ ਦੇਣਾ ਅੱਛਾ ਉਸਤਾਦ ਜੀ ਖੁਰਾਕ ਦਾ ਤੇਲ ਨਿਕਲਿਆ ਜਿਹੜਾ ਉਹ ਖੁਰਾਕ ਖਰਾਬ ਹੋ ਜਾਂਦੀ ਹੈ ਡੰਡਾ ਮਾਰ ਰਹੇ ਨੇ ਚਲਾ ਖੁਰਾਕ ਨੂੰ ਕਰ ਕਣੀ ਨੀ ਰਹਿ ਜਾਂਦੀ ਨਹੀਂ ਉਹ ਰਗੜੇ ਲਾਉਂਦੇ ਨੇ ਨਾ ਅਕਸਰ ਮੈਂ ਦੇਖਿਆ ਬੰਦੇ ਉਸਤਾਦ ਸਾਹਿਬ ਰਗੜੇ ਲਾਉਂਦੇ ਨੇ ਉਹ ਕਹਿੰਦੇ ਕਣੀ ਇਹਦੀ ਰਗੜੇ ਲਾਏ ਮਰਦੀ ਉਂਝ ਨਹੀਂ ਮਰਦੀ ਅੱਛਾ ਠੀਕ ਹੋ ਗਿਆ ਚਲੋ ਮੈਂ ਕਿਹਾ ਜਿਹੜੇ ਭਾਈ ਬੋਲਦੇ ਨੇ ਨਾ ਪ੍ਰੈਕਟੀਕਲ ਕਰਕੇ ਸਾਡੇ ਨਾਲ ਖੁਰਾਕ ਜਿਹੜੀ ਸ਼ੇਅਰ ਕਰੋਗੇ ਖੁਰਾਕ ਦਾ ਅਸਲ ਤਰੀਕਾ ਕਿਹੜਾ ਉਹ ਉਸਤਾਦ ਸਾਹਿਬ ਜਿਹੜੀ ਹੈ ਨਾ ਉਹ ਕਰਕੇ ਦੱਸਦੇ ਨੇ ਪੈ ਬਿਲਕੁਲ ਪਾਣੀ ਨਹੀਂ ਲਗਾਉਣਾ ਖੁਰਾਕ ਨੂੰ ਵੈਸੇ ਡੰਡਾ ਹੀ ਬਸ ਜਿਹੜਾ ਨਾ ਉਹ ਭਿਗੋ ਕੇ ਰੱਖਣਾ ਤੇ ਲੈ ਦੋਸਤੋ ਅਬ ਇਹ ਖੁਰਾਕ ਇਸ ਤਰ੍ਹਾਂ ਕੀ ਹੋ ਗਈ ਹੈ ਠੀਕ ਹੈ ਇਹ ਦੇਖੇ ਉਸਤਾਦ ਜੀ ਆਹ ਡੰਡਾ ਜਿਹੜਾ ਬਰੀਕ ਫੜਿਆ ਆ ਜੇ ਇਹਦੇ ਨਾਲ ਜ਼ਰਾ ਅੱਛੀ ਬਣ ਜਾਂਦੀ ਹੈ ਖੁਰਾਕ ਹਾਂਜੀ ਵਧੀਆ ਬਣਦੀ ਹੈ ਤੇ ਇਹ ਦੋਰੀ ਜਿਹੜੀ ਲਈ ਜੇ ਟੁੱਟਦੀ ਨਹੀਂ ਜਿਵੇਂ ਡੰਡੇ ਦੀ ਸੱਟਾਂ ਮਾਰ ਰਿਹਾ ਨਹੀਂ ਨਹੀਂ ਇਹਨੂੰ ਪੰਜਵਾਂ ਛੇਵਾਂ ਖਰਾਬ ਹੈ ਇਸ ਦੋਰੀ ਨੂੰ ਹਾਂਜੀ ਉਂਝ ਤਾਂ ਵੈਸੇ ਮੈਂ ਦੇਖਿਆ ਤੂੰ ਤਾਂ ਪੱਕੀ ਕੀਤੀ ਉਹ ਸੀਮਟ ਵਿੱਚ ਲਗਾ ਕੇ ਨਾ ਜ਼ਿਆਦਾ ਖਰਾਬ ਹੋਵੇ ਉੱਥੇ ਫਿਰ ਟੁੱਟੀ ਦੀ ਜਾਣੀ ਜ਼ਿਆਦਾ ਖਰਾਬ ਹੋ ਜਾਏ ਤੇ ਉੱਥੇ ਕੁੱਟ ਦਿਓ ਜ਼ਿਆਦਾ ਮਤਲਬ ਖਰਾਬ ਹੋਵੇ ਤੇ ਸਹੀ ਸਹੀ ਹੋ ਗਿਆ ਤੇ ਬਾਕੀ ਆ ਕਿੰਨੇ ਦੇਰੇ ਚ ਸਰ ਜੀ ਖੁਰਾਕ ਜਿਹੜੀ ਉਹ ਤਿਆਰ ਹੋ ਜਾਏਗੀ ਬਾਕੀ ਦੋਸਤੋ ਠੀਕ ਹੈ ਜਿਸ ਤਰ੍ਹਾਂ ਫਿਰ ਇਹ ਖੁਰਾਕ ਸਾਰੀ ਤਿਆਰ ਹੋਤੀ ਹੈ ਮੈਂ ਆਪਕੋ ਦਿਖਾਤਾ ਹੂੰ ਲੈ ਦੋਸਤੋ ਖੁਰਾਕ ਜੀ ਤਿਆਰ ਹੋ ਗਈ ਹੈ ਔਰ ਅਬ ਉਸਤਾਦ ਸਾਹਿਬ ਜੀ ਨੇ ਖੁਰਾਕ ਕਬੂਤਰੋਂ ਕੋ ਡਾ ਰਹੇ ਅੱਛਾ ਉਸਤਾਦ ਜੀ ਇਹ ਖੁਰਾਕ ਦਾ ਜਰਾ ਇੱਧਰ ਨੂੰ ਕਰਿਆ ਜੇ ਕਿਵੇਂ ਦੀ ਬਣੀ ਹੈ ਤਿਆਰ ਹੋ ਗਈ ਸਹੀ ਹੋ ਗਿਆ ਅੱਛਾ ਉਸਤਾਦ ਜੀ ਇਹਦੇ ਅੰਦਰ ਕੋਈ ਖੁਸ਼ਬੂ ਵੀ ਆਉਂਦੀ ਹੈ ਜਦੋਂ ਤਿਆਰ ਹੋ ਜਾਂਦੀ ਬਦਾਮਾਂ ਦੀ ਤੇ ਲਾਚੀ ਦੀ ਅੱਛਾ ਉਸਤਾਦ ਜੀ ਇਹਦੇ ਵਿੱਚ ਕਬੂਤਰਾਂ ਨੂੰ ਤੁਸੀਂ ਕੀ ਟਾਈਮ ਤੇ ਜਿਹੜਾ ਨਾ ਉਹ ਖੁਰਾਕ ਦੇਣੀ ਹੈ ਹੁਣ ਮਤਲਬ ਪਾਣੀ ਖਿੱਚ ਜਾਂਦੇ ਨੇ ਕਬੂਤਰ ਜਦੋਂ ਆਇਆ ਪੀ ਕੇ ਹੋਰ ਲੈ ਜੀ ਪਾਣੀ ਸ਼ੁਰੂ ਕਰ ਦਿੱਤੀ ਹੈ ਵੱਖਰੇ ਵੱਖਰੇ ਦੋਣਾ ਉਸਤਾਦ ਜੀ ਕਬੂਤਰਾਂ ਨੂੰ ਕਿੰਨੀ ਦੇਰ ਬਾਅਦ ਪਾਣੀ ਕਿੰਨਾ ਮਤਲਬ ਪਾਣੀ ਦਿੰਦੇ ਹੋ ਕਿੰਨੀ ਦਫਾ ਵਹਾਉਂਦੇ ਹੋ ਪਾਣੀ ਪਾਣੀ ਦੋ ਤਿੰਨ ਦਫਾ ਆਪ ਹੀ ਕਬੂਤਰ ਪੀ ਲੈਂਦਾ ਆਪਣੀ ਮਰਜ਼ੀ ਦੇ ਨਾਲ ਕਬੂਤਰ ਪੀ ਲੈਂਦਾ ਨਾ ਪਾਣੀ ਉਹ ਜਿਵੇਂ ਉਸ ਦਿਨ ਤੁਸੀਂ ਬੋਲਿਆ ਸੀ ਕਿ ਪਾਣੀ ਟੋਰਨਾ ਪਹਿਲਾਂ ਕਬੂਤਰ ਦਾ ਪਾਣੀ ਤੋਂ ਕਬੂਤਰ ਜਦੋਂ ਖਾਲੀ ਹੋ ਗਿਆ ਦੋ ਵਾਰੀ ਪੀ ਲਵੇ ਤਿੰਨ ਵਾਰੀ ਪੀ ਲਵੇ ਪਾਣੀ ਤੋਂ ਜਦੋਂ ਕਬੂਤਰ ਖਾਲੀ ਹੋ ਜਾਵੇ ਪਾਣੀ ਵਿੱਚ ਮਤਲਬ ਜਦੋਂ ਬੋਰਡ ਚ ਪਾਣੀ ਨਹੀਂ ਚਾਹੀਦਾ ਪਾਣੀ ਨਹੀਂ ਹੋਣਾ ਚਾਹੀਦਾ ਕਬੂਤਰ ਆ ਪਰਾਂ ਹੋਵੇ ਪਾਣੀ ਛੱਡ ਕੇ ਤੇ ਖਿੱਚ ਖੁੱਚ ਕੇ ਤੇ ਫਿਰ ਭੱਜੇ ਨਸੇ ਕੇ ਖੁਰਾਕ ਮੈਨੂੰ ਦੇਵੋ ਫਿਰ ਥੋੜੀ ਜਿਹੀ ਖੁਰਾਕ ਫਿਰ ਖੁਰਾਕ ਵੱਖਰੇ ਵੱਖਰੇ ਨਾਲ ਥੋੜੀ ਥੋੜੀ ਪਾਈ ਰੱਖੋ ਹੁਣ ਤੁਸੀਂ ਕਿੰਨੀ ਦੇਰ ਤੱਕ ਇਹਨੂੰ ਖੁਰਾਕ ਪਾਉਂਦੇ ਰਹਿਣਾ ਇਹਨਾਂ ਨੂੰ ਜੇ ਹੁਣ ਅਸੀਂ ਇਹਨਾਂ ਨੂੰ ਤਕਰੀਬਨ ਰਾਤ 8-9 ਵਜੇ ਦੀ 10 ਵਜੇ ਦੀ ਜਿਵੇਂ ਹੋਰ ਫਿਰ ਉਸ ਤਰ੍ਹਾਂ ਪਾਈ ਉਸ ਤਰ੍ਹਾਂ ਪਾਣੀ ਦਾਣਾ ਨਹੀਂ ਦੇਣਾ ਇਹਨਾਂ ਨੂੰ ਦਾਣਾ ਜਿੰਨੇ ਦਿਨ ਤੱਕ ਬਾਜ਼ੀ ਹੈ ਤੇ ਕਿਧਰੇ ਆਏ ਬਸ ਅੱਗ ਵਾਲੇ ਦਿਨ ਤੋਂ ਥੋੜ੍ਹਾ ਜਿਹਾ ਜਿਵੇਂ ਕੱਲ੍ਹ ਨੂੰ ਸਹੀ ਸਹੀ ਹੋ ਗਿਆ ਤੇ ਉਸਤਾਦ ਜੀ ਅਕਸਰ ਜਿਹੜਾ ਮੈਂ ਦੇਖਿਆ ਕਿ ਖੁਰਾਕ ਹੱਥ ਨਾਲ ਦਿੰਦੇ ਨੇ ਉਸਤਾਦ ਉਹ ਵੀ ਠੀਕ ਹੈ ਹੱਥ ਦੇ ਨਾਲ ਫਿਰ ਉਹ ਮਕਦਾਰ ਦੀ ਆ ਜਾਂਦੀ ਹੈ ਇੱਕ ਜੀ ਸਾਰਿਆਂ ਨੂੰ ਹੁਣ ਇਸ ਤਰੀਕੇ ਨਾਲ ਜਦੋਂ ਸੱਟੀ ਦੀ ਹੈ ਕੋਈ ਦੋ ਗੋਲੀਆਂ ਵੱਧ ਖਾ ਜਾਂਦਾ ਕੋਈ ਘੱਟ ਖਾ ਜਾਂਦਾ ਫਿਰ ਉਹ ਤੋਂ ਬਾਅਦ ਚੈੱਕ ਕਰ ਲਈਦੇ ਨੇ ਜੇ ਕੋਈ ਘੱਟ ਹੁੰਦੀ ਉਹਨੂੰ ਬਾਅਦ ਦੇ ਵਿੱਚ ਫਿਰ ਪਾ ਦੇ ਸਹੀ ਹੈ ਇਹ ਚੈੱਕ ਕਰਕੇ ਦਿੰਦੇ ਹੋ ਕਿ ਬਾਈ ਜੇ ਕਿਸੇ ਨੂੰ ਘੱਟ ਹੈ ਤੇ ਉਹਨੂੰ ਲੈ ਲਾ ਕਰਕੇ ਬਾਅਦ ਦੇ ਵਿੱਚ ਕੋਈ ਦੋ ਚਾਰ ਉਹਨੂੰ ਫਿਰ ਗੋਲੀਆਂ ਵੱਧ ਦੇ ਦੇ ਉਹ ਤਰੀਕਾ ਕਿਹੜਾ ਸਹੀ ਹੈ ਤੁਹਾਡੇ ਦਾ ਦੋ ਵੀ ਠੀਕ ਨੇ ਉਹ ਵੀ ਠੀਕ ਹੈ ਵੀ ਠੀਕ ਆਸਾਨੀ ਨਾਲ ਨੀਚੇ ਉਤਰ ਜਾਵੇ ਗਲਾ ਬੰਦ ਨਾ ਹੋਇਆ ਕਬੂਤਰ ਦਾ ਸਹੀ ਹੋ ਗਿਆ ਮਾਸ਼ਾਅੱਲਾ ਦੋਸਤੋ
ये इनके कबूतर हैं जो के बैठे हैं आके, ठीक है। इनमें से चंद कबूतर हैं वो तो छठी उड़ान है उनकी, और कुछ कबूतर हैं इनमें जो पिछले दिन में आपने देखा है जी पांचवी उड़ान में दोस्तों बैड लक हुई है कबूतरों की, वो जो है ना फिर उनकी जगह में नहीं हो जाना, वो ऐड किए हैं फिर आज। तो बाकी दोस्त इनका लास्ट कबूतर ऊपर है सामने आया हुआ था, खैर वो भी बैठ जाता है। तो आज छठी उड़ान है माशाल्लाह, अच्छी परफॉर्मेंस है आज की भी, चल रही थी 10 कबूतर बैठ रहे हैं, लास्ट वाला ऊपर रह गया। तो ये जिस उस्ताद साहब का तरीका था, ठीक है, सब रही सब भाई जाना अपनी राय दीजिएगा कि आपको इनका तरीका कैसा लगा खुराक का, ठीक है, और सही तरीका जो है ना आप भी अपनी राय दीजिएगा कौन सा होना चाहिए। वैसे जो ये तरीका इस्तेमाल कर रहे हैं ये मुझे तो अच्छा लगा, पसंद आया, जो मतलब डंडे मार मार के साजी जिमें बनाते हो खुराक, असल खुराक जी वो बनती है जी, ठीक है, रगड़े लाने नालों या दूसरे वो बादाम रोगन जल्दी निकल जाता है, अगर रगड़ा ला खराक बनाओ तो बादाम रोगन जल्दी निकल जाता है, तेल छड़ जाता है, पानी कोर रख के तो डंडा थोड़ा जा पानी के विच उनू तुसी गिला करी रखो, पानी ना भेन लिया तो फिर कुट लिया, फिर भेन लिया, इस तरीके खराक बन जाती है। ले दोस्तों आपने सुन लिया जिस तरह से जी उस्ताद साहब का ये तरीका है, और इसी तरीके से ये कबूतर अपने संभाल रहे हैं, उड़ा रहे हैं, और परफॉर्मेंस आपके सामने है माशाल्लाह, जो भी कबूतर आगे बैठ रहे हैं बिल्कुल फ्रेश बैठ रहे हैं कबूतर, ज्यादा थकावट नहीं महसूस कर रहा। तो ठीक है दोस्तों, लाइक और शेयर जरूर कर दिया करें, और मिलते हैं फिर नेक्स्ट वीडियो में, अपने भाई की इजाजत, अल्लाह हाफिज़।